ਹੁਣ ਜਿਹੜੀ ਬੇਅਦਬੀ ਹੋਈ ਹੈ, ਜੇ ਪਖੰਡ ਨੂੰ ਮੰਨ ਵੀ ਲਈਏ ਤਾਂ ਪਾਦਰੀ ਜਿਹੜੇ ਪਾਸਟਰ ਨੇ ਉਹ ਤਾਂ ਮੁਰਦੇ ਨੂੰ ਜ਼ਿੰਦਾ ਕਰ ਰਹੇ ਨੇ ਧਾਰਮਿਕ ਸਥਾਨ 'ਤੇ, ਸਾਡੇ ਕੜੰਮ ਚੌਧਰੀਆਂ ਨੇ ਨਿਹੰਗ ਲਾਉਣਾ ਬੇਅਦਬੀ ਦੇ ਨਾਮ 'ਤੇ, ਅੰਦਰ ਬੰਦੇ ਵੱਢੇ ਜਾਂਦੇ ਆ, ਜਾਣੀ ਕਿ ਬੰਦਿਆਂ ਨੂੰ ਮਾਰ ਚਰਚਾਵਾਂ ਪੰਜਾਬ ਦੇ ਵਿੱਚ ਇਹ ਛਿੜੀਆਂ ਰਹਿੰਦੀਆਂ ਨੇ ਕਿ ਜਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ। ਇਲਜ਼ਾਮ ਜ਼ਿਆਦਾ ਇਹ ਲੱਗਦੇ ਹੈ ਕਿ ਸਿੱਖਾਂ ਨੂੰ ਈਸਾਈ ਬਣਾਇਆ ਜਾ ਰਿਹਾ। ਧਰਮ ਪਰਿਵਰਤਨ ਕਰਾਉਣ ਵਾਲਿਆਂ ਦੀ ਜਾਂ ਇਲਜ਼ਾਮ ਲਾਉਣ ਵਾਲੇ ਕੜੰਮ ਚੌਧਰੀਆਂ ਦੀ ਗੱਲ ਕਰਦੇ ਹੋ, ਜਿਹੜੀ ਚੌੜਾ ਖੂਹ ਫਗਵਾੜੇ ਗੁਰਦੁਆਰੇ ਦੇ ਵਿੱਚ ਬੇਅਦਬੀ ਦੇ ਨਾਂ 'ਤੇ ਉਹ ਨੌਜਵਾਨ ਬੇਦੋਸ਼ਾ ਮਾਰਿਆ ਗਿਆ, ਉਹਨੂੰ ਲੈ ਲਓ, ਅਤੇ ਦੂਜੇ ਪਾਸੇ ਪਾਸਟਰਾਂ ਦੀ ਗੱਲ ਕਰ ਲਓ ਕਿ ਮੁਰਦਿਆਂ ਨੂੰ ਜ਼ਿੰਦਾ ਕਰਦੇ ਨੇ। ਹਾਲਾਂਕਿ ਉਹਨਾਂ ਪਾਸਟਰਾਂ ਦੇ ਨਾਲ ਜਿਹੜੇ ਮੁਰਦੇ ਨੂੰ ਜ਼ਿੰਦਾ ਕਰਦੇ ਨੇ, ਮੈਂ ਸਹਿਮਤ ਨਹੀਂ, 100% ਮੈਂ ਵਿਰੋਧ ਵਿੱਚ ਹਾਂ। ਅਸੀਂ ਕੋਈ ਪਖੰਡ ਨਹੀਂ ਕਰਦੇ ਅਤੇ ਨਾ ਹੀ ਮੁਰਦਾ ਜ਼ਿੰਦਾ ਹੋ ਸਕਦਾ। ਅਤੇ ਜਦੋਂ ਇਹ ਉਦਾਹਰਣ ਦਿੱਤੀ ਜਾਂਦੀ ਹੈ ਨਾ, ਉਦੋਂ ਸਾਡੇ ਵਾਲੇ ਜਿਹੜੇ ਕੜੰਮ ਚੌਧਰੀ ਨੇ ਕਹਿਣਗੇ ਜੀ 5 ਪਿਆਰਿਆਂ ਦੇ ਸੀਸ ਕੱਟੇ ਸੀ, ਬਾਅਦ ਵਿੱਚ ਜੋੜ ਦਿੱਤੇ, ਉਦੋਂ ਕਹਿਣਗੇ ਸਾਡਾ ਗੁਰੂ ਪੂਰਾ ਸੀ, ਜਾਣੀ ਕਿ ਈਸਾਈਆਂ ਦਾ ਗੁਰੂ ਅਧੂਰਾ। ਈਸਾਈ ਬਣਾ ਰਹੇ ਨੇ, ਉਹਨਾਂ ਦਾ ਜਿਹੜਾ ਪ੍ਰਚਾਰ ਹੈ ਉਹਦਾ ਢੰਗ ਨਵੇਂ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਧੀਆ ਤਾਲੀਮ ਦੇਣੀ ਔਰ ਉਹਨਾਂ ਦੀ ਲੋੜ ਦੇ ਮੁਤਾਬਕ ਉਹਨਾਂ ਦੀ ਹੈਲਪ ਕਰਨੀ, ਜਿਵੇਂ ਕਾਪੀਆਂ ਕਿਤਾਬਾਂ ਫ੍ਰੀ, ਲਿਟਰੇਚਰ ਵੰਡਣਾ, ਇਹ ਈਸਾਈ ਪਾਦਰੀਆਂ ਦਾ ਪਾਸਾ। ਪਰਿਵਰਤਨ ਦੀ ਗੱਲ ਸਾਡੀ ਕੌਮ ਦੇ ਕੜੰਮ ਚੌਧਰੀ ਕਰਦੇ ਆ, ਉਦੋਂ ਥੋੜ੍ਹਾ ਜਿਹਾ ਸਮਝਣਾ ਪੈਣਾ ਕਿ ਤੁਸੀਂ ਕੌਮ ਦੇ ਪ੍ਰਚਾਰ ਲਈ ਕਹਿਣਗੇ ਗੁਰੂ ਸਾਹਿਬ 'ਤੇ ਭਰੋਸਾ ਰੱਖੋ, ਸ਼ਰਧਾ ਰੱਖੋ, ਵਿਸ਼ਵਾਸ ਰੱਖੋ, ਮਾਲਾ ਫੜਾ ਦੇਣਗੇ, ਵਾਹਿਗੁਰੂ ਵਾਹਿਗੁਰੂ ਕਰੋ। ਜਿਹੜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਸੀ ਬਲਾਤਕਾਰੀ ਨਿਕਲੇ, ਜੇਲ੍ਹਾਂ ਵਿੱਚ ਬੈਠੇ ਆ। ਲੋਕਾਂ ਨੇ ਗੁਰਦੁਆਰੇ ਜਾਣਾ ਬੰਦ ਕਰ ਦੇਣਾ ਕਿਉਂਕਿ ਉਹਨਾਂ ਦੇ ਮਨ ਵਿੱਚ ਸ਼ੰਕਾ ਹੈ, ਉਹ ਕਹਿੰਦੇ ਇਹ ਕਹਿੰਦੇ ਹੈ ਔਰ ਕਹਿਣਗੇ ਵੀ ਕਿ ਗੁਰਦੁਆਰੇ ਬੇਅਦਬੀ ਦੇ ਨਾਂ 'ਤੇ ਬੰਦਾ ਮਾਰਨ ਲੱਗੇ ਮਿੰਟ ਲਾਉਂਦੇ, ਜਾਣਾ ਬੰਦ। ਮੰਗੂ ਮੱਠ ਨਿਹੰਗ ਨੇ ਉਹ ਮੁੰਡਾ ਮਾਰਿਆ, ਉਹਦੀ ਵੀਡੀਓ ਅੱਜ ਮੈਂ ਛੋਟੀ ਜਿਹੀ ਆਈ ਦੇਖੀ, ਉਹਦੇ ਵਿੱਚ ਕਹਿੰਦਾ ਬਦਵੀ ਕਰਤੀ, ਬਦਵੀ ਕਰਤੀ, ਬੇਅਦਬੀ ਨਹੀਂ ਉਹਨੂੰ ਕਹਿਣਾ ਹੁੰਦਾ, ਔਰ ਅਨਪੜ੍ਹ ਉਹ ਬੰਦਾ ਹੈ, ਗੋਲੀਆਂ ਕੈਪਸੂਲ ਚਿੱਟਾ ਉਹ ਲਾਉਂਦਾ ਹੈ। ਗੱਲ ਉਹਦੇ ਕੋਲ ਕੁੱਟ ਕੇ ਕਹਾਈ ਗਏ, ਜਦੋਂ 4 ਬੰਦਿਆਂ ਦੇ ਵਿਚਾਲੇ ਬੰਦਾ ਬੈਠਾ, ਤੁਹਾਡੇ ਹੱਥਾਂ ਦੇ ਵਿੱਚ ਵੈਪਨ ਫੜੇ ਹੋਏ ਨੇ, ਸ਼ਸਤਰ ਫੜੇ ਹੋਏ ਨੇ, ਬੰਦਾ ਕੁਝ ਵੀ ਕਹਿ ਸਕਦਾ। ਉਹ ਤਾਂ ਕਹਿੰਦੇ ਬੇਅਦਬੀ ਕਰਨ ਆਇਆ ਸੀ ਅਤੇ ਇੰਨੇ ਗਲਾਣਾ ਸ਼ਰੇਆਮ ਉਹਨੂੰ ਗਾਲਾਂ ਕੱਢੀ ਜਾਂਦੇ ਆ, ਉਹ ਬੇਅਦਬੀ ਨਹੀਂ, ਉਹ ਤਾਂ ਬੇਅਦਬੀ ਕਰਨ ਆਇਆ ਸੀ। ਤੁਸੀਂ ਕਹਿੰਦੇ ਹੋ ਬੇਅਦਬੀ ਉਹਨੇ ਕੀਤੀ ਨਹੀਂ, ਪਰ ਤੁਸੀਂ ਬੰਦਾ ਮਾਰ ਕੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕੀਤੀ।
ਇੱਦੋਂ ਵੱਡੀ ਬੇਅਦਬੀ ਕਿ ਉਸ ਜਾਣ ਨਾਲ ਕੋਈ ਹਿੰਦੂ ਨਹੀਂ ਬਣੇਗਾ, ਮਸੀਦ ਵਿੱਚ ਜਾਣ ਨਾਲ ਕੋਈ ਮੁਸਲਮਾਨ ਨਹੀਂ ਬਣੇਗਾ, ਚਰਚ ਵਿੱਚ ਜਾਣ ਨਾਲ ਕੋਈ ਈਸਾਈ ਨਹੀਂ ਬਣੇਗਾ, ਗੁਰਦੁਆਰੇ ਜਾਣ ਨਾਲ ਕੋਈ ਸਿੱਖ ਨਹੀਂ ਬਣੇਗਾ। ਇਹ ਬਹੁਤ ਵੱਡਾ ਕੌੜਾ ਸੱਚ ਇਹ ਹਾਜ਼ਰ। ਜਿਸ ਮਨੁੱਖ ਦੇ ਕੋਲ ਦਇਆ ਹੈ ਉਹ ਮਨੁੱਖ ਧਰਮੀ ਹੈ, ਜਿਸ ਮਨੁੱਖ ਦੇ ਕੋਲ ਦਇਆ ਨਹੀਂ ਉਹ ਮਨੁੱਖ ਨੂੰ ਧਰਮੀ ਕਹਿਣਾ ਬਹੁਤ ਵੱਡੀ ਗਲਤੀ ਹੈ। ਜਦੋਂ ਤੁਸੀਂ ਧਰਮ ਦੇ ਨਾਂ 'ਤੇ, ਮਜ਼ਹਬ ਦੇ ਨਾਂ 'ਤੇ ਲੜਾਈ ਝਗੜੇ ਕਰਦੇ ਹੋ, ਉਦੋਂ ਲੜਾਈ ਝਗੜਾ ਕਰਨ ਵਾਲੇ ਉਹ ਲੋਕ ਨੇ ਜਿਹੜੇ ਬੇਵਕੂਫ ਔਰ ਧਰਮ ਤੋਂ ਕੋਹਾਂ ਦੂਰ ਨੇ। ਚਰਚਾਵਾਂ ਪੰਜਾਬ ਦੇ ਵਿੱਚ ਇਹ ਛਿੜੀਆਂ ਰਹਿੰਦੀਆਂ ਨੇ ਕਿ ਜਬਰੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ। ਇਲਜ਼ਾਮ ਜ਼ਿਆਦਾ ਇਹ ਲੱਗਦੇ ਹੈ ਕਿ ਸਿੱਖਾਂ ਨੂੰ ਈਸਾਈ ਬਣਾਇਆ ਜਾ ਰਿਹਾ, ਪਰ ਜਿਹੜੇ ਈਸਾਈ ਬਣਾ ਰਹੇ ਨੇ ਉਹਨਾਂ ਜਿਹੜਾ ਪ੍ਰਚਾਰ ਹੈ ਉਹਦਾ ਢੰਗ ਨਵੇਕਲ ਹੈ। ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਧੀਆ ਤਾਲੀਮ ਦੇਣੀ ਔਰ ਉਹਨਾਂ ਦੀ ਲੋੜ ਦੇ ਮੁਤਾਬਕ ਉਹਨਾਂ ਦੀ ਹੈਲਪ ਕਰਨੀ, ਜਿਵੇਂ ਕਾਪੀਆਂ ਕਿਤਾਬਾਂ ਫਰੀ, ਲਿਟਰੇਚਰ ਵੰਡਣਾ, ਇਹ ਈਸਾਈ ਪਾਦਰੀਆਂ ਦਾ, ਪਾਸਟਰਾਂ ਦਾ ਕੰਮ ਹੈ। ਇਹ 'ਚ ਕੋਈ ਸ਼ੱਕ ਨਹੀਂ, ਕੋਈ ਸ਼ੰਕਾ ਨਹੀਂ, ਕੋਈ ਦੋਰਾਵਾਂ ਨਹੀਂ, ਇਹ ਮੈਂ ਖੁਦ ਵੇਖਿਆ। ਪਰ ਜਿਹੜੇ ਸਾਡੀ ਸਿੱਖ ਕੌਮ ਦੇ ਕੜੰਮ ਚੌਧਰੀ ਬਾਬੇ ਨੇ, ਇਹਨਾਂ ਨੇ ਕੇਵਲ ਗੁਰੂ ਸਾਹਿਬ ਦੇ ਅੱਗੇ ਗੋਲਕਾਂ ਰੱਖੀਆਂ ਹੋਈਆਂ ਨੇ ਆਪਣੇ ਘਰ ਭਰਨ ਵਾਸਤੇ, ਵੱਡੇ ਵੱਡੇ ਡੇਰੇ ਬਣਾਏ ਨੇ, ਵੱਡੀਆਂ ਵੱਡੀਆਂ ਕੋਠੀਆਂ ਬਣਾਈਆਂ ਹੋਈਆਂ, ਵੱਧ ਤੋਂ ਵੱਧ ਇਹਨਾਂ ਨੇ ਲੰਗਰ ਲਾਏ ਨੇ, ਪਕੌੜਿਆਂ ਦਾ, ਚਾਹ ਦਾ, ਆਈਸਕ੍ਰੀਮ ਦਾ, ਫਰੂਟ ਦਾ, ਪਤਾ ਨਹੀਂ ਕੀ ਇਹ ਲੰਗਰ ਲਾਉਂਦੇ ਆ। ਮੈਂ ਇੱਕ ਬੇਨਤੀ ਕਰਨੀ ਹੈ, ਜਦੋਂ ਧਰਮ ਪਰਿਵਰਤਨ ਦੀ ਗੱਲ ਸਾਡੀ ਕੌਮ ਦੇ ਕੜੰਮ ਚੌਧਰੀ ਕਰਦੇ ਆ ਉਦੋਂ ਥੋੜ੍ਹਾ ਜਿਹਾ ਸਮਝਣਾ ਪੈਣਾ ਕਿ ਤੁਸੀਂ ਕੌਮ ਦੇ ਪ੍ਰਚਾਰ ਲਈ ਕੀ ਯੋਗਦਾਨ ਪਾ ਰਹੇ ਹੋ। ਕਿਸੇ ਡੇਰੇਦਾਰ ਦੇ ਕੋਲ ਕੋਈ ਵਧੀਆ ਸਕੂਲ ਹੈਗਾ, ਕੋਈ ਧਾਰਮਿਕ ਵਿੱਦਿਆ ਦੇਣ ਵਾਸਤੇ ਜਾਂ ਵਧੀਆ ਪੰਜਾਬੀ ਪੜ੍ਹਾਉਣ ਵਾਸਤੇ ਤੁਹਾਡੇ ਕੋਲ ਕੋਈ ਪ੍ਰੋਫੈਸਰ ਹੈਗਾ, ਹੱਥ ਖੜ੍ਹੇ ਨੇ। ਜਿਹੜੇ ਵੱਡੇ ਵੱਡੇ ਬ੍ਰਹਮ ਗਿਆਨੀ ਨੇ ਸਾਡੇ ਡੇਰਿਆਂ ਦੇ ਵਿੱਚ, ਉਹ ਕੋਰੇ ਅਨਪੜ੍ਹ ਨੇ, ਇਲ ਤੋਂ ਕੁੱਕੜ ਨਹੀਂ ਉਹਨਾਂ ਨੂੰ ਆਉਂਦਾ, ਇਹ ਸੱਚਾਈ ਹੈ। ਜਦੋਂ ਤੁਸੀਂ ਉਹਨਾਂ ਅੱਗੇ ਸਵਾਲ ਕਰਦੇ ਹੋ ਉਹ ਜਵਾਬ ਨਹੀਂ ਦਿੰਦੇ, ਬਸ ਇੱਕੋ ਗੱਲ ਕਹਿਣਗੇ, ਗੁਰੂ ਸਾਹਿਬ 'ਤੇ ਭਰੋਸਾ ਰੱਖੋ, ਸ਼ਰਧਾ ਰੱਖੋ, ਵਿਸ਼ਵਾਸ ਰੱਖੋ, ਮਾਲਾ ਫੜਾ ਦੇਣਗੇ, ਵਾਹਿਗੁਰੂ ਵਾਹਿਗੁਰੂ ਕਰੋ। ਜਿਹੜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਸੀ ਉਹ ਬਲਾਤਕਾਰੀ ਨਿਕਲੇ, ਜੇਲ੍ਹਾਂ ਵਿੱਚ ਬੈਠੇ ਆ। ਇਹ ਬਹੁਤ ਵੱਡੀ ਸੱਚਾਈ ਹੈ। ਹੁਣ ਜੋ ਤੁਸੀਂ ਧਾਰਮਿਕ ਕੱਟੜਤਾ ਦੀ ਗੱਲ ਕਰੋਗੇ ਜਾਂ ਮੂਰਖਤਾ ਦੀ ਗੱਲ ਕਰੋਗੇ, ਜਿਹੜੇ ਬੰਦੇ ਧਰਮ ਦੇ ਨਾਂ 'ਤੇ, ਮਜ਼ਹਬ ਦੇ ਨਾਂ 'ਤੇ ਝਗੜਾ ਕਰਦੇ ਨੇ, ਮੈਂ ਇੱਕ ਉਦਾਹਰਨ ਦੇਣੀ ਹੈ। ਮੈਂ ਜਦੋਂ ਵੀ ਵੀਡੀਓ ਦੇ ਵਿੱਚ ਗੱਲ ਕਰਦਾ, ਮੈਂ ਇਹ ਗੱਲ ਆਪਣੇ ਆਪ 'ਤੇ ਲਾ ਕੇ ਕਰਦਾ ਹੁੰਦਾ ਕਿ ਮੈਂ ਇੱਕ ਸਿੱਖ ਹਾਂ। ਸਿੱਖ ਵੀ ਉਹ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦਾ ਨਹੀਂ, ਪਰ
ਜਦੋਂ ਧਰਮ ਪਰਿਵਰਤਨ ਕਰਾਉਣ ਵਾਲਿਆਂ ਦੀ ਜਾਂ ਇਲਜ਼ਾਮ ਲਾਉਣ ਵਾਲੇ ਕਢਮ ਚੌਧਰੀਆਂ ਦੀ ਗੱਲ ਕਰਦੇ ਹੋ, ਜਿਹੜੀ ਚੌੜਾ ਖੂਹ ਫਗਵਾੜੇ ਗੁਰਦੁਆਰੇ ਦੇ ਵਿੱਚ ਬੇਅਦਬੀ ਦੇ ਨਾਂ 'ਤੇ ਉਹ ਨੌਜਵਾਨ ਬੇਦੋਸ਼ਾ ਮਾਰਿਆ ਗਿਆ, ਉਹਨੂੰ ਲੈ ਲਓ। ਅਤੇ ਦੂਜੇ ਪਾਸੇ ਪਾਸਟਰਾਂ ਦੀ ਗੱਲ ਕਰ ਲਓ ਕਿ ਮੁਰਦਿਆਂ ਨੂੰ ਜ਼ਿੰਦਾ ਕਰਦੇ ਨੇ, ਹਾਲਾਂਕਿ ਉਹਨਾਂ ਪਾਸਟਰਾਂ ਦੇ ਨਾਲ ਜਿਹੜੇ ਮੁਰਦੇ ਨੂੰ ਜ਼ਿੰਦਾ ਕਰਦੇ ਨੇ ਮੈਂ ਸਹਿਮਤ ਨਹੀਂ, 100% ਮੈਂ ਵਿਰੋਧ ਵਿੱਚ ਹਾਂ। ਅਸੀਂ ਕੋਈ ਪਖੰਡ ਨਹੀਂ ਕਰਦੇ ਅਤੇ ਨਾ ਹੀ ਮੁਰਦਾ ਜ਼ਿੰਦਾ ਹੋ ਸਕਦਾ। ਅਤੇ ਜਦੋਂ ਇਹ ਉਦਾਹਰਣ ਦਿੱਤੀ ਜਾਂਦੀ ਹੈ ਨਾ, ਉਦੋਂ ਸਾਡੇ ਵਾਲੇ ਜਿਹੜੇ ਕੜੰਮ ਚੌਧਰੀ ਨੇ ਕਹਿਣਗੇ ਜੀ 5 ਪਿਆਰਿਆਂ ਦੇ ਸੀਸ ਕੱਟੇ ਸੀ, ਬਾਅਦ ਵਿੱਚ ਜੋੜ ਦਿੱਤੇ। ਉਦੋਂ ਕਹਿਣਗੇ ਸਾਡਾ ਗੁਰੂ ਪੂਰਾ ਸੀ, ਜਾਣੀ ਕਿ ਈਸਾਈਆਂ ਦਾ ਗੁਰੂ ਅਧੂਰਾ। ਇਹ ਉਦਾਹਰਣ ਦਿੰਦੇ ਨੇ, ਮੈਂ ਐਲਾਨੀਆਂ ਕਹਿਣਾ ਔਰ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਸਾਖਸ਼ਾਤ ਸਿਧਾਂਤ ਨੂੰ ਮੰਨ ਕੇ ਕਹਿਣਾ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ 5 ਪਿਆਰਿਆਂ ਦੇ ਸੀਸ ਧੜ ਨਾਲੋਂ ਵੱਖ ਨਹੀਂ ਕੀਤੇ ਸੀ, ਸੀਸ ਨਹੀਂ ਕੱਟੇ ਸੀ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਸਲੋਕ ਪੜ੍ਹਿਆ ਜਾਂਦਾ ਜਿਹੜਾ 12 ਦੇ ਵਧੀਕ ਸਲੋਕਾਂ ਦੇ ਵਿੱਚ ਆਉਂਦਾ। ਹੁਣ ਇੱਥੇ ਈਗੋ ਹੰਕਾਰ ਦੀ ਗੱਲ ਹੈ, ਆ ਜਿਹੜਾ ਧੜ ਦੇ ਨਾਲ ਸੀਸ ਕੱਟਿਆ ਨਾ, ਇਹਦੀ ਗੱਲ ਬਾਣੀ ਵਿੱਚ ਕਦੇ ਹੋਈ ਨਹੀਂ। ਜੇ ਕੋਈ ਆਪਣੇ ਆਪ ਨੂੰ ਵੱਡਾ ਪ੍ਰਚਾਰਕ ਕਹਾਉਂਦਾ ਹੋਵੇ, ਇਹ ਸਿੱਧ ਕਰਦੇ ਕਿ ਬਾਣੀ ਦੇ ਵਿੱਚ ਆ ਧੜ ਨਾਲੋਂ ਸੀਸ ਕੱਟਣ ਦੀ ਗੱਲ ਕੀਤੀ ਹੋਈ ਹੈ, ਮੈਂ ਸਾਰੀ ਉਮਰ ਉਹਦਾ ਪਾਣੀ ਭਰੂੰ, ਜੇ ਬਾਣੀ ਵਿੱਚੋਂ ਸਿੱਧ ਕਰਦੇ, ਗੁਰੂ ਪਾਤਸ਼ਾਹ ਨੇ ਗੱਲ ਹੀ ਨਹੀਂ ਕਰੀ। ਅਤੇ ਇਹ ਉਦਾਹਰਨ ਜਦੋਂ ਦਿੱਤੀ ਜਾਂਦੀ ਹੈ, ਉਦੋਂ ਪਾਦਰੀਆਂ ਨੂੰ ਝੂਠਾ ਅਤੇ ਅਸੀਂ ਸੱਚੇ ਬਣਦੇ। ਹੁਣ ਜਿਹੜੀ ਬੇਅਦਬੀ ਹੋਈ ਹੈ, ਜੇ ਪਖੰਡ ਨੂੰ ਮੰਨ ਵੀ ਲਈਏ, ਤਾਂ ਪਾਦਰੀ ਜਿਹੜੇ ਪਾਸਟਰ ਨੇ ਉਹ ਤਾਂ ਮੁਰਦੇ ਨੂੰ ਜ਼ਿੰਦਾ ਕਰ ਰਹੇ ਨੇ ਧਾਰਮਿਕ ਸਥਾਨ 'ਤੇ, ਅਤੇ ਸਾਡੇ ਕੜੰਮ ਚੌਧਰੀਆਂ ਨੇ ਹਿੰਗ ਲਾਉਣਾ, ਬੇਅਦਬੀ ਦੇ ਨਾਂ 'ਤੇ ਅੰਦਰ ਬੰਦੇ ਵੱਢੇ ਜਾਂਦੇ ਆ, ਜਾਣੀ ਕਿ ਬੰਦਿਆਂ ਨੂੰ ਮਾਰ ਰਹੇ। ਹੁਣ ਜਿੱਥੇ ਜ਼ਿੰਦਾ ਕੀਤੇ ਜਾਂਦੇ ਨੇ ਬੰਦੇ, ਫਿਰ ਲੋਕ ਤਾਂ ਉੱਧਰ ਹੀ ਜਾਣਗੇ ਨਾ, ਜਿੱਥੇ ਮਾਰੇ ਜਾਂਦੇ ਨੇ ਉੱਧਰ ਅਗਲਾ ਕਿਉਂ ਜਾਊਗਾ ਬਈ। ਇੱਕ ਮੈਂ ਤਾਂ ਬੇਨਤੀ ਕਰਨੀ ਹੈ, ਜੇ ਸਾਡੀਆਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ ਇੱਥੇ ਸਟੈਂਡ ਨਹੀਂ ਲਊਗਾ ਨਾ, ਤਾਂ ਚੇਤੇ ਰੱਖਿਓ, ਬਹੁਤੇ ਲੋਕਾਂ ਨੇ ਗੁਰਦੁਆਰੇ ਜਾਣਾ ਬੰਦ ਕਰ ਦੇਣਾ, ਕਿਉਂਕਿ ਉਹਨਾਂ ਦੇ ਮਨ ਵਿੱਚ ਸ਼ੰਕਾ ਹੈ। ਉਹ ਕਹਿੰਦੇ ਇਹ ਕਹਿੰਦੇ ਹੈ ਔਰ ਕਹਿਣਗੇ ਵੀ ਕਿ ਗੁਰਦੁਆਰੇ ਬੇਅਦਬੀ ਦੇ ਨਾਂ 'ਤੇ ਬੰਦਾ ਮਾਰਨ ਲੱਗੇ ਮਿੰਟ ਲਾਉਂਦੇ ਆ, ਜਾਣਾ ਬੰਦ ਕਰ ਦੇਣਾ, ਕੰਟਰੋਲ ਕਰ ਲਓ। ਪਰ ਇੱਕ ਇੱਥੇ ਮੈਂ ਹੋਰ ਬੇਨਤੀ ਕਰਨੀ ਹੈ, ਜਿਸ ਮੰਗੂ ਮੱਠ ਨਿਹੰਗ ਨੇ ਉਹ ਮੁੰਡਾ ਮਾਰਿਆ, ਉਹਦੀ ਵੀਡੀਓ ਅੱਜ ਮੈਂ ਛੋਟੀ ਜਿਹੀ ਆਈ ਦੇਖੀ, ਉਹਦੇ ਵਿੱਚ ਕਹਿੰਦਾ ਬਦਵੀ ਕਰਤੀ, ਬੇਅਦਬੀ ਨਹੀਂ ਉਹਨੂੰ ਕਹਿਣਾ ਹੁੰਦਾ, ਔਰ ਅਨਪੜ੍ਹ ਉਹ ਬੰਦਾ, ਗੋਲੀਆਂ ਕੈਪਸੂਲ ਚਿੱਟਾ ਉਹ ਲਾਉਂਦਾ, ਸ਼ਰੇਆਮ ਪਤਾ ਹੈ। ਮੈਂ ਗਰੰਟੀ ਦਿੰਦਾ ਜੇ 10 ਕੁ ਦਿਨ ਉਹਨੂੰ ਜੇਲ੍ਹ ਵਿੱਚ ਰੱਖਿਆ ਗਿਆ, ਉਹਨੂੰ ਕੋਈ ਨਸ਼ਾ ਨਾ ਦਿੱਤਾ, ਉਹ ਆਪਣੇ ਆਪ ਜੇਲ੍ਹ ਵਿੱਚ ਮਰ ਜੂਗਾ, ਮੈਂ ਗਰੰਟੀ ਦਿੰਦਾ ਇਸ ਚੀਜ਼ ਦੀ। ਅਤੇ ਜੇ ਕਿਸੇ ਦੀ ਧੌਣ ਵਿੱਚ ਕਿੱਲਾ ਹੋਵੇ ਕਿ ਇੱਦਾਂ ਨਹੀਂ ਹੋ ਸਕਦਾ, ਤਾਂ ਫਿਰ ਆਪਾਂ ਉਹਨੂੰ ਧਿਆਨ ਵਿੱਚ ਰੱਖ ਲੈਂਦੇ ਹਾਂ, 10 ਕੁ ਦਿਨ ਬੈਰਕ ਦੇ ਵਿੱਚ ਕਿੱਲੇ ਨੂੰ ਰੱਖ ਦਿੰਦੇ ਹਾਂ, ਰੋਟੀ ਪਾਣੀ ਜ਼ਰੂਰ ਦੇਵਾਂਗੇ। ਜੇ ਨਾ ਮਰਿਆ
ਤਾਂ ਮੈਨੂੰ ਕਹਿ ਦਿਓ, ਨਸ਼ੇੜੀ ਬੰਦਾ ਵੱਜ ਹੀ ਨਹੀਂ ਸਕਦਾ। ਅਤੇ ਕਹਿੰਦੇ ਉਹ ਬੇਅਦਬੀ ਕਰਨ ਆਇਆ ਸੀ ਜਿਹੜਾ ਮੁੰਡਾ ਮਾਰਿਆ, ਕਹਿੰਦੇ ਬੇਅਦਬੀ ਕਰਨ ਆਇਆ ਸੀ। ਫਿਰ ਪਤਾ ਨਹੀਂ ਉਹ ਕਿਹੜਾ ਸੁਖੀ ਸਾਖੀ ਦੀ ਗੱਲ, ਉਹਦੇ ਕੋਲੋਂ ਕੁੱਟ ਕੇ ਕਹਾਈ ਗਈ। ਜਦੋਂ ਚਾਰ ਬੰਦਿਆਂ ਦੇ ਵਿਚਾਲੇ ਬੰਦਾ ਬੈਠਾ, ਤੁਹਾਡੇ ਹੱਥਾਂ ਦੇ ਵਿੱਚ ਵੈਪਨ ਫੜੇ ਹੋਏ ਨੇ, ਸ਼ਸਤਰ ਫੜੇ ਹੋਏ ਨੇ, ਬੰਦਾ ਕੁਝ ਵੀ ਕਹਿ ਸਕਦਾ। ਉਹ ਤਾਂ ਕਹਿੰਦੇ ਬੇਅਦਬੀ ਕਰਨ ਆਇਆ ਸੀ, ਅਤੇ ਇੰਨੇ ਗਲਾਣਾ ਸ਼ਰੇਆਮ ਉਹਨੂੰ ਗਾਲਾਂ ਕੱਢੀ ਜਾਂਦੇ ਆ, ਉਹ ਬੇਅਦਬੀ ਨਹੀਂ, ਉਹ ਤਾਂ ਬੇਅਦਬੀ ਕਰਨ ਆਇਆ ਸੀ। ਤੁਸੀਂ ਕਹਿੰਦੇ ਹੋ ਬੇਅਦਬੀ ਉਹਨੇ ਕੀਤੀ ਨਹੀਂ, ਪਰ ਤੁਸੀਂ ਬੰਦਾ ਮਾਰ ਕੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕੀਤੀ। ਇੱਦੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ? ਹੁਣ ਜਿਹੜੀਆਂ ਕਤੀੜਾਂ ਨੇ ਨਾ ਨਿਹੰਗਰੋਂ ਜਿਹੜੇ ਫਿਰਦੇ ਨੇ ਫਾਲਤੂ, ਇਹ ਜੇ ਕੋਈ ਬੀਬੀ ਵੀਡੀਓ ਪਾਉਂਦੀ ਹੈ ਉਹਨੂੰ ਧਮਕੇ ਦੇ ਜਾਂਦੇ ਕਿ ਤੇਰਾ ਸੋਧਾ ਲਾਵਾਂਗੇ। ਕਿੰਨਿਆਂ ਕੁ ਨੂੰ ਸੋਧਾ ਲਾਉਂਗੇ? ਜੇ ਲੱਤਾਂ ਭਾਰ ਝੱਲਦੀਆਂ ਨੇ, ਸੁਖਵੀਰ ਬਾਦਲ ਨੇ ਬੇਅਦਬੀ ਕਰਵਾਈ ਆਪਣੇ ਰਾਜ ਵਿੱਚ, ਵੱਡਾ ਵਾਲ ਤਾਂ ਚਲੋ ਮਰ ਗਿਆ, ਮੰਤਾਰ ਬਰਾੜ ਬਠਿੰਡੇ ਵਾਲਾ ਹਾਲੇ ਬੈਠਾ ਹੈ, ਅਕਾਲੀਆਂ ਦਾ MLA ਬਠਿੰਡੇ ਵਾਲਾ, ਜਾ ਕੇ ਦੇਖ ਲਓ, ਸੁਖਵੀਰ ਬਾਦਲ ਬੈਠਾ, ਬੀਬੀ ਜਗੀਰ ਕੌਰ ਪ੍ਰਧਾਨ ਸੀ ਉਹ ਬੈਠੀ ਹੈ, ਧਾਮੀ ਬੈਠਾ ਹੈ, ਉਹਨੂੰ ਸੋਧਾ ਲਾ ਸਕਦੇ ਹੋ? ਹੈਗਾ ਲੱਤਾਂ ਵੀ ਦਮ, ਲੱਤਾਂ ਭਾਰ ਚੱਲਦੀਆਂ, ਜਾ ਕੇ ਲਾਓ ਸੋਧਾ। ਤੁਸੀਂ ਬਸ ਕਿਸੇ ਗਰੀਬ ਨੂੰ ਕੁੱਟਣ ਜਾਣਦੇ ਹੋ, ਕਿਸੇ ਗਰੀਬ ਨੂੰ ਗੁਰਦੁਆਰੇ ਅੰਦਰ ਮਾਰਨ ਜਾਣਦੇ ਹੋ। ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ, ਪੁਲਿਸ ਨੂੰ ਵੀ, ਇਹੋ ਜਿਹੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਫੜੋ, ਫੜ ਕੇ ਜੇਲ੍ਹ ਵਿੱਚ ਸੁੱਟੋ, ਔਰ ਜਿਹੜਾ ਬੰਦਾ ਕੋਈ ਕਤਲ ਕਰਦਾ ਹੈ ਬੇਅਦਬੀ ਦੇ ਨਾਂ 'ਤੇ ਉਹਨੂੰ ਸਿੱਧੀ ਫਾਂਸੀ ਦਿਓ। ਮੈਂ ਇੱਕ ਬੇਨਤੀ ਕਰਨੀ ਹੈ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ, ਆ ਜਿਹੜੇ ਬੇਅਦਬੀਆਂ ਰੋਕਣ ਵਾਲੇ ਨੇ ਨਾ, ਇਹਨਾਂ ਨੂੰ ਫੜ ਕੇ ਟੰਗੋ ਪਹਿਲਾਂ, ਇਹਨੂੰ ਫੜ ਕੇ ਪਹਿਲਾਂ ਅੰਦਰ ਦਿਓ, ਆਪ ਹੀ ਹਟ ਜਾਣਗੀਆਂ ਬੇਅਦਬੀਆਂ ਹੋਣੀਆਂ। ਇਹਨਾਂ ਨੇ ਟ੍ਰੈਂਡ ਬਣਾਇਆ ਹੋਇਆ। ਹੁਣ ਜਿਹੜਾ ਮੰਗੂ ਮੱਠ ਲੁਧਿਆਣੇ ਬੈਠਾ ਹੈ, ਅਤੇ ਪੋਲ ਕਿੱਥੋਂ ਖੁੱਲ੍ਹ ਰਹੀ ਹੈ? ਪੋਲ ਖੁੱਲ੍ਹ ਰਹੀ ਹੈ ਕਿ ਉਹ ਮੁੰਡਾ ਗੁਰਦੁਆਰੇ ਵਿੱਚ ਹੈ। ਹੁਣ ਮੰਗੂ ਮੱਠ ਨੂੰ ਕੀ ਪਤਾ ਲੱਗ ਗਿਆ ਵੀ ਉੱਥੇ ਬੈਠੇ ਨੂੰ ਵੀ ਗੁਰਦੁਆਰੇ 'ਚ ਬੇਅਦਬੀ ਹੋ ਰਹੀ ਹੈ? ਜਾਣੀ ਕਿ ਬਹੁਤ ਵੱਡੀ ਅੰਦਰ ਖਾਤੇ ਜਿਹੜੀ ਸਾਜਿਸ਼ ਹੈ ਉਹ ਬਾਹਰ ਆਉਣੀ ਹਲੇ ਬਾਕੀ ਹੈ। ਪਹਿਲੀ ਗੱਲ ਤਾਂ ਲੋੜ ਹੀ ਨਹੀਂ, ਪੁਲਿਸ ਨੇ ਕੰਮ ਨਿਬੇੜਤਾ, ਵਧੀਆ ਹੋਇਆ, ਧਾਰਾ ਲਾ ਕੇ ਪਰਚਾ ਦੇ ਦਿੱਤਾ। ਅਤੇ ਹੁਣ ਮੈਨੂੰ ਲੱਗਦਾ ਜਿਹੜੀ ਅੱਜ ਮੇਰੀ ਵਕੀਲ ਸਾਹਿਬ ਨਾਲ ਗੱਲ ਹੋਈ ਹੈ, 15 ਕੁ ਸਾਲ ਤਾਂ ਅੰਦਰ ਰਹਿਣਾ ਹੀ ਪੈਣਾ, ਆਪ ਜੇਲ੍ਹ ਵਿੱਚ ਛਿੱਤਰਗਾਉ ਭੁੱਖਾ ਮਰੂ, ਅਤੇ ਪਿੱਛੇ ਬੱਚੇ ਪਰਿਵਾਰ ਭੁੱਖਾ ਮਰੂ। ਚਲੋ, ਮੈਂ ਗੱਲ ਕੀਤੀ ਸੀ ਕਿ ਜਿਸ ਮਨੁੱਖ ਦੇ ਕੋਲ ਦਇਆ ਨਹੀਂ ਉਹ ਧਰਮੀ ਨਹੀਂ ਹੋ ਸਕਦਾ। ਹੁਣ ਜਿਨ੍ਹਾਂ ਬੰਦਿਆਂ ਨੇ ਬੇਦੋਸ਼ੇ ਨੌਜਵਾਨ ਨੂੰ ਕਤਲ ਕੀਤਾ, ਕਿ ਉਹਨਾਂ ਕੋਲ ਦਇਆ ਨਾਂ ਦੀ ਕੋਈ ਚੀਜ਼ ਹੈ? ਅਸੀਂ ਉਹਨੂੰ ਸਿੱਖ ਕਹਿ ਸਕਦੇ ਹਾਂ? ਬਿਲਕੁਲ ਨਹੀਂ। ਮੈਂ ਇੱਕ ਬੇਨਤੀ ਕਰਨੀ ਹੈ, ਮੰਦਰ ਜਾਣ ਨਾਲ ਕੋਈ ਹਿੰਦੂ ਨਹੀਂ ਬਣੇਗਾ, ਮਸੀਦ ਵਿੱਚ ਜਾਣ ਨਾਲ ਕੋਈ ਮੁਸਲਮਾਨ ਨਹੀਂ ਬਣੇਗਾ, ਚਰਚ ਵਿੱਚ ਜਾਣ ਨਾਲ ਕੋਈ ਈਸਾਈ ਨਹੀਂ ਬਣੇਗਾ, ਗੁਰਦੁਆਰੇ ਜਾਣ ਨਾਲ ਕੋਈ ਸਿੱਖ ਨਹੀਂ ਬਣੇਗਾ। ਇਹ ਬਹੁਤ ਵੱਡਾ ਕੌੜਾ ਸੱਚ, ਇਹ ਹਾਜ਼ਮ ਨਹੀਂ ਹੋਣਾ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਸਿੱਖਿਆ 'ਤੇ ਅਮਲ ਕਰਨ ਵਾਲਾ ਸਿੱਖ ਹੈ, ਅਤੇ ਅਸੀਂ ਤਾਂ ਮਜ਼ਹਬ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਝਗੜਾ ਕਰਨ ਵਾਲੇ ਹਾਂ, ਖੁਦ ਸਾਡੇ ਪੱਲੇ ਕੱਖ ਨਹੀਂ।
ਜਿੰਨੇ ਵੀ ਇਹ ਧਮਕੀਆਂ ਧਮਕੀਆਂ ਦੇਣ ਵਾਲੇ ਨੇ ਨਾ, ਅਤੇ ਬਹੁਤਾ ਇਹਨਾਂ ਵਿੱਚੋਂ ਵਿਹਲੜ ਲਾਣਾ ਜਿਹਨਾਂ ਦੀਆਂ ਐਨ ਜੀ ਓ ਚੱਲਦੀਆਂ ਨੇ ਉਹ ਨੇ, ਬਸ ਉੱਥੇ ਬੇਅਦਬੀ ਹੋ ਗਈ। ਹਾਲੇ ਤਾਂ ਵਿੰਗੇ ਮੂੰਹ ਵਾਲੇ ਆ, ਪਰਵਾਨੇ ਵਰਗੇ ਨਹੀਂ ਗਏ, ਇਹ ਕੋਈ ਨਵਾਂ ਸੱਪ ਕੱਢਣਗੇ ਹਾਲੇ ਤਾਂ ਮੈਨੂੰ ਲੱਗਦਾ, ਕੋਈ ਬਿਆਨ ਆਇਆ ਨਹੀਂ। ਸ਼ਾਇਦ ਪੁਲਿਸ ਨੇ ਡੰਡਾ ਚਾੜਿਆ ਹੋਇਆ ਹਲਕ ਵਿੱਚ, ਹੁਣ ਬੋਲਣਾ ਬੰਦ ਕਰਾਏ ਹੋਏ ਨੇ, ਸ਼ਾਇਦ ਤਾਂ ਨਹੀਂ ਕੋਈ ਬਿਆਨ ਬੂਨ ਆਇਆ। ਪਰ ਹੈਗੇ ਨੇ ਕਢਮ ਚੌਧਰੀ, ਫਿਰ ਵੀ ਜਾਨਬਾਜ਼ੀ ਦੇ ਜਾਣਗੇ। ਮੈਂ ਬੇਨਤੀ ਕਰਨੀ ਹੈ, ਜਿਹਦੀ ਵੀ ਧੌਣ ਵਿੱਚ ਕਿੱਲਾ ਹੈ ਉਹਨੂੰ ਚੈਲੰਜ ਕਰਦੇ ਹਾਂ, ਉਹ ਮੁੰਡਾ ਬੇਅਦਬੀ ਕਰਨ ਵਾਸਤੇ ਨਹੀਂ ਆਇਆ ਸੀ, ਤੁਸੀਂ ਸਾਜ਼ਿਸ਼ ਦੇ ਤਹਿਤ ਉਹਦਾ ਕਤਲ ਕੀਤਾ, ਤੁਸੀਂ ਗੁੰਡਾਗਰਦੀ ਕੀਤੀ ਹੈ, ਗੁਰਦੁਆਰੇ ਜਿਹੜੇ ਬਣਾਏ ਨੇ ਨਾ ਧੜਾ ਧੜ, ਤੁਸੀਂ ਇਹ ਗੁੰਡਾਗਰਦੀ ਦੇ ਅੱਡੇ ਬਣਾ ਕੇ ਰੱਖ ਦੇਣੇ। ਲੋਕਾਂ ਨੇ ਜਾਣਾ ਨਹੀਂ ਡਰਦਿਆਂ ਨੇ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਨਿੱਜੀ ਰੰਜਿਸ਼ ਹੋਣੀ ਹੈ ਅਤੇ ਗੁਰਦੁਆਰੇ ਜਾ ਕੇ ਮਾਰ ਦੇਣਾ, ਅਤੇ ਬਾਅਦ ਵਿੱਚ ਨਾਂ ਲਾ ਦੇਣਾ ਕਿ ਇਹ ਬੇਅਦਬੀ ਕਰਦਾ ਸੀ। ਬਚਾ ਲਓ ਸਿਧਾਂਤ ਨੂੰ, ਬਚਾ ਲਓ ਪੀੜ੍ਹੀ ਨੂੰ ਆਉਣ ਵਾਲੀ ਨੂੰ। ਇਹ ਜਿਹੜੀਆਂ ਦੁਸ਼ਮਣੀਆਂ ਧਰਮ ਦੇ ਨਾਂ 'ਤੇ, ਮਜ਼ਹਬ ਦੇ ਨਾਂ 'ਤੇ ਅਸੀਂ ਪਾ ਰਹੇ ਹਾਂ ਨਾ, ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।